ਲਗਾਤਾਰ ਗਰਮੀ ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ। ਹੀਟ ਵੇਵ ਦਾ ਕਹਿਰ ਇੰਨਾ ਜ਼ਿਆਦਾ ਹੈ ਕਿ ਟੈਂਪਰੇਚਰ 46, 47, 48 ਤੱਕ ਪਹੁੰਚ ਰਿਹਾ। ਲੋਕਾਂ 'ਚ ਦਿੱਕਤ ਆ ਬਹੁਤ ਜ਼ਿਆਦਾ, ਲੇਕਿਨ ਇਸ ਵੇਲੇ ਜਿਹੜੀ ਖਬਰਾਂ ਆ ਰਹੀਆਂ ਕਿ ਗੱਡੀਆਂ 'ਚ ਚਲਦੇ ਚਲਦੇ ਅੱਗ ਲੱਗ ਰਹੀ ਹੈ, ਇੰਜਨ ਹੀਟ ਹੋ ਰਿਹਾ, ਜਿਸ ਕਰਕੇ ਕਾਫੀ ਦਿੱਕਤਾਂ ਗੱਡੀਆਂ 'ਚ, ਕਾਫੀ ਪ੍ਰੋਬਲਮਸ ਆ ਰਹੀ ਹੈ ਔਰ ਇਹ ਲਗਾਤਾਰ ਸਮੱਸਿਆ ਸਾਹਮਣੇ ਆ ਰਹੀ ਹੈ। ਕਿਸ ਤਰ੍ਹਾਂ ਦੀ ਸਾਵਧਾਨੀ ਅਸੀਂ ਰੱਖਣੀ ਹੈ ਜੇਕਰ ਤੁਸੀਂ ਗੱਡੀ ਚਲਾ ਰਹੇ ਹੋ? ਕਿੰਨੀ ਦੇਰ ਬਾਅਦ ਤੁਸੀਂ ਗੱਡੀ ਦਾ ਇੰਜਨ ਜਿਹੜਾ ਦੇਖਣਾ ਹੈ ਜਾਂ ਫਿਰ ਤੁਸੀਂ ਕਿਸ ਤਰ੍ਹਾਂ ਦਾ ਸਾਵਧਾਨੀ ਵਰਤਣੀ ਹੈ, ਕਿਉਂਕਿ ਲਗਾਤਾਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਗੱਡੀਆਂ 'ਚ ਹੀਟ ਕਰਕੇ, ਹੀਟ ਦੀ ਪ੍ਰੋਬਲਮ ਕਰਕੇ ਗੱਡੀਆਂ ਦਾ ਇੰਜਨ ਸੀਜ਼ ਹੋ ਰਿਹਾ ਹੈ, ਲਗਾਤਾਰ ਉਬਾਲ ਮਾਰ ਰਿਹਾ ਹੈ, ਧੂੰਆਂ ਨਿਕਲ ਰਿਹਾ ਹੈ, ਗੱਡੀਆਂ 'ਚ ਅੱਗ ਲੱਗ ਰਹੀ ਹੈ। ਕਾਰਨ ਕੀ ਹੈ? ਅੱਜ ਕੋਸ਼ਿਸ਼ ਅਸੀਂ ਕਰਾਂਗੇ, ਕਿਉਂਕਿ ਟੈਕਨੀਕਲ ਜਿਹੜੀ ਚੀਜ਼ਾਂ ਹੁੰਦੀਆਂ ਗੱਡੀਆਂ ਦੇ ਵਿੱਚ, ਕੋਈ ਵੀ ਗੱਡੀ ਹੋਵੇ, ਲਗਜ਼ਰੀ ਗੱਡੀ ਹੋਵੇ ਜਾਂ ਛੋਟੀ ਗੱਡੀ ਹੋਵੇ, ਹਾਲਾਂਕਿ ਅੱਜ ਕੱਲ੍ਹ ਤਾਂ ਲੇਟੈਸਟ ਗੱਡੀਆਂ ਆ ਰਹੀਆਂ, ਲੇਕਿਨ ਕੋਸ਼ਿਸ਼ ਵੀ ਕਰਾਂਗੇ ਟੈਕਨੀਕਲੀ ਅਤੇ ਮਕੈਨੀਕਲੀ ਸਮਝਣ ਦੀ। ਅੱਜ ਕੱਲ੍ਹ ਜਿਸ ਤਰ੍ਹਾਂ ਦੀ ਪ੍ਰੋਬਲਮਸ ਆ ਰਹੀਆਂ ਸਰ, ਕਿਉਂਕਿ ਹੀਟ ਵੇਵ ਬਹੁਤ ਜ਼ਿਆਦਾ, ਗਰਮੀ ਬਹੁਤ ਜ਼ਿਆਦਾ ਪੜ ਰਹੀ, ਟੈਂਪਰੇਚਰ ਬਹੁਤ ਜ਼ਿਆਦਾ, ਗੱਡੀਆਂ 'ਚ ਅੱਗ ਲੱਗ ਰਹੀ ਹੈ, ਗੱਡੀਆਂ 'ਚ ਧੂੰਆਂ ਨਿਕਲ ਰਿਹਾ ਹੈ, ਹੀਟ ਛੇਤੀ ਹੋ ਜਾਂਦੀ ਹੈ, ਰੀਜ਼ਨ ਕੀ ਹੈ, ਕਿਸ ਤਰ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ? ਭਾਅ ਜੀ, ਰੀਜ਼ਨ ਇਹ ਹੈ ਕਿ ਜਿੱਦਾਂ ਸਪੋਜ਼ ਕਰੋ ਹੁਣ ਆਪਾਂ ਸਰਵਿਸ ਹੈ, ਅਦੋ ਕਿਆ ਕਰੇਗੀ ਗੱਡੀ? ਉਹ ਦੇਖੋ ਤੇਲ ਹੀ ਨਹੀਂ ਹੈ ਇੱਥੇ। ਮੈਂ ਹੁਣ ਤੁਹਾਨੂੰ ਪ੍ਰੈਕਟੀਕਲੀ ਹੀ ਦਿਖਾ ਦਿੰਦਾ ਨਾ, ਕਿਉਂਕਿ ਮੇਰੀ ਗੱਡੀ ਨਹੀਂ, ਕਸਟਮਰ ਦੀ ਹੁਣੇ ਆਈ ਹੈ। ਆਹ ਦੇਖੋ, ਜੇ ਜਿਸ ਗੱਡੀ 'ਚ 3-3.5 ਲੀਟਰ ਦੀ ਕਪੈਸਿਟੀ ਆ, ਤੇਲ ਸ਼ੋ ਕਰ ਰਿਹਾ 1/2 ਲੀਟਰ, ਪਹਿਲਾ ਕਾਰਨ ਤਾਂ ਸਮਝ ਲਓਗੇ ਇਹੀ ਹੈ। ਠੀਕ ਹੈ, ਠੀਕ ਹੈ ਜੀ। ਨੈਕਸਟ ਆਪਾਂ ਦੂਸਰਾ ਦੇਖ ਲੈਂਦੇ ਹਾਂ ਕਿ ਕੂਲੈਂਟ ਦੇਖਦੇ ਇਹਦੇ 'ਚ ਹੈ ਕਿ ਨਹੀਂ ਹੈ। ਕੂਲੈਂਟ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੈ। ਮੇਨ ਸਰ, ਕੂਲੈਂਟ ਨਾਲ ਹੀ ਤਾਂ ਬਹੁਤ ਫਾਇਦਾ ਨਾ ਜੀ। ਕੂਲੈਂਟ ਬੇਸਿਕ ਸੈਂਟਰ 'ਚ ਪਿਸਟਨ ਚੱਲਦੇ ਆ, ਸਾਈਡਾਂ ਦੇ ਬਲੌਕ ਔਰ ਰੇਡੀਏਟਰ ਦੇ ਵਿੱਚ ਕੂਲੈਂਟ ਨੇ ਹੀ ਕੰਮ ਕਰਨਾ ਸਾਰਾ। ਠੀਕ ਹੈ, ਜਿੱਦਾਂ ਬੰਦਾ ਲੱਸੀ ਪੀ ਕੇ ਠੰਡਕ ਫੀਲ ਹੁੰਦੀ, ਉੱਦਾਂ ਹੀ ਸੇਮ ਇਹਨੂੰ ਹੁੰਦੀ ਹੈ। ਠੀਕ ਹੈ, ਮਤਲਬ ਹੁਣ ਦੇਖ ਲੈਂਦੇ ਕੂਲੈਂਟ। ਆਹ ਦੇਖੋ ਕਿਆ ਹੋਏਗਾ ਕੂਲੈਂਟ ਜੀ, ਅਗਰ ਜੇ ਡੱਬਾ ਖਾਲੀ ਆ ਤਾਂ ਉਹਦੇ ਵਿੱਚ ਕੂਲੈਂਟ ਹੀ ਨਹੀਂ ਖਾਲੀ ਪਿਆ। ਜੀ, ਜ਼ਿਆਦਾਤਰ ਜਿਹੜੀ ਓਲਡ ਮਾਡਲ ਦੀ ਗੱਡੀਆਂ ਹੁੰਦੀ ਭਾਅ ਜੀ, ਉਹਦੇ 'ਚ ਪ੍ਰੋਬਲਮ ਆ ਰਹੀ, ਕਿਉਂਕਿ ਅੱਜ ਕੱਲ੍ਹ ਤਾਂ ਲੇਟੈਸਟ 'ਚ ਕਾਫੀ ਲੇਟੈਸਟ ਮੈਕਸਿਮਮ ਪ੍ਰੋਬਲਮ ਤਾਂ ਵੈਸੇ ਪੁਰਾਣੀ 'ਚ ਆਉਂਦੀ ਹੈ। ਅਗਰ ਜੇ ਲੇਟੈਸਟ ਤਾਂ ਕੰਪਨੀ ਜਾਂਦੀ ਹੈ, ਗੱਡੀ ਟਾਈਮ ਟੂ ਟਾਈਮ ਸਰਵਿਸ ਹੁੰਦੀ ਆ, ਕਸਟਮਰ 'ਚ ਚੈੱਕ ਕਰ ਲੈਂਦਾ, ਬੈਸਟ ਹੈ। ਅਗਰ ਜੇ ਥੋੜੀ ਬਹੁਤੀ ਨੌਲੇਜ ਤੁਹਾਨੂੰ ਆਪ ਵੀ ਹੋਣੀ ਚਾਹੀਦੀ, ਅਗਰ ਨਹੀਂ ਨੌਲੇਜ ਹੈ ਤਾਂ ਕਿਸੇ ਵੀ ਮਕੈਨਿਕ ਤੋਂ, ਜਿੱਥੋਂ ਵੀ ਤੁਸੀਂ ਕੰਮ ਕਰਾਉਂਦੇ ਹੋ, ਉਹਦੇ ਕੋਲ ਜਾਣਾ ਚਾਹੀਦਾ। ਇਹ ਜ਼ਰੂਰੀ ਹੈ ਕਿ ਜੇ ਤੁਸੀਂ ਜਾ ਰਹੇ ਹੋ ਕਿਤੇ ਰੋਡ 'ਤੇ ਤਾਂ ਇਹ ਚੀਜ਼ਾਂ ਇਹ ਬਹੁਤ ਜ਼ਿਆਦਾ ਜ਼ਰੂਰੀ, ਕੀ ਚੀਜ਼ਾਂ ਚੈੱਕ ਕਰਨ ਦੀ ਲੋੜ ਹੈ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ। ਇੱਕ ਤਾਂ ਇੰਜਨ ਦਾ ਹੀਟ ਉੱਪਰੋਂ, ਬਿਲਕੁਲ ਜ਼ਮੀਨ ਦੇ ਹੀਟ ਉੱਪਰੋਂ ਕਾਫੀ ਜ਼ਿਆਦਾ। ਸਰ, ਪਹਿਲਾਂ ਤੁਸੀਂ ਅਗਰ ਜੇ ਹਾਈਵੇ ਨਿਕਲ ਰਹੇ ਹੋ ਜਾਂ ਫੈਮਿਲੀ ਨਾਲ ਜਾ ਰਹੇ ਹੋ, ਪਹਿਲਾਂ ਤੇਲ ਤਾਂ ਚੈੱਕ ਕਰ ਲਓ। ਤੇਲ ਤੁਹਾਨੂੰ ਮੈਂ ਦਿਖਾਇਆ, ਜਿੱਦਾਂ ਤੇਲ ਉੱਚ ਹੈ ਹੀ ਨਹੀਂ, ਮੇਰਾ ਖਿਆਲ 1/2 ਲੀਟਰ ਤੇਲ ਹੈ। ਫਿਰ ਇਹ ਅਲਟੋ ਹੈ, ਚਲੋ 2-4 ਸਾਲ 5 ਸਾਲ ਪੁਰਾਣੀ ਤਾਂ ਹੈਗੀ ਆ, ਪਰ ਇਹ ਬੇਸਿਕ ਚੀਜ਼ਾਂ ਤਾਂ ਨੋਰਮਲ ਹੈ। ਕੂਲੈਂਟ ਜ਼ਰੂਰ ਚੈੱਕ ਕਰੋ, ਕੂਲੈਂਟ ਪਾਣੀ ਚੈੱਕ ਕਰ ਲਓ ਬੇਸਿਕ, ਅਗਰ ਜੇ ਸਟਾਰਟਿੰਗ ਦੀ ਦਿੱਕਤ ਹੈ ਜਾਂ ਕੋਈ ਆ ਬੈਟਰੀ ਦਾ ਟਰਮੀਨਲ, ਚਲੋ ਇਹਦੇ ਟੈਟ ਹੈ, ਪ੍ਰੋਪਰ ਟੈਟ ਹੋਣੇ ਚਾਹੀਦੇ ਆ, ਬੈਟਰੀ ਦਾ ਪਾਣੀ ਪ੍ਰੋਪਰ ਹੋਣਾ ਚਾਹੀਦਾ, ਮਤਲਬ ਅਗਰ ਜੇ ਰਸਤੇ 'ਚ ਕੋਈ ਪਰੇਸ਼ਾਨੀ ਨਹੀਂ ਆਉਣੀ ਆਵੇ ਤਾਂ। ਠੀਕ ਹੈ, ਤੇ ਸਰ ਇੱਕ ਗੱਲ ਹੋਰ ਹੈ, ਕਿਉਂਕਿ ਇਹ ਤਾਂ ਛੋਟੀ ਗੱਡੀ, ਹੁਣ ਬੜੀ ਗੱਡੀਆਂ ਦੇ ਕੋਲ ਵੀ ਚੱਲ ਜਾਂਦੇ, ਵੱਡੀ ਗੱਡੀਆਂ 'ਚ ਜਿਹੜੀ ਓਲਡ ਮਾਡਲ ਖਾਸ ਤੌਰ 'ਤੇ ਹੁੰਦੀ ਹੈ, ਉਹਨਾਂ ਦੀ ਕਿਸ ਤਰ੍ਹਾਂ ਦੀ ਦਿੱਕਤਾਂ ਹੁੰਦੀ ਹੈ, ਕਿਉਂਕਿ ਦੇਖਿਆ ਗਿਆ ਹੈ ਕਿ ਗੱਡੀਆਂ 'ਚ ਅੱਗ ਲੱਗ ਜਾਂਦੀ? ਸਰ, ਅੱਗ ਲੱਗੇ ਆ, ਮੰਨ ਕੇ ਚੱਲੋ ਕਿ ਇਹ ਕਸਟਮਰ ਦੀ ਗੱਡੀ ਹੈ ਜੀ, ਦੇਖੋ ਕਿੱਦਾਂ ਧੂੜ ਮਿੱਟੀ, ਆਹ ਦੇਖੋ ਇਹਦੇ ਕਿਤੇ ਨਾ ਕਿਤੇ ਬੇਸਿਕ ਲੀਕੇਜ ਹੈ, ਛੋਟੇ ਦੇਈਂ ਜਿਹੜਾ ਦੱਸਦੀ ਟੀਕੋਟ ਦੇਵੋਗੇ, ਇਹ ਦੇਖੋ ਨਾ ਸਾਰੇ ਪਾਸੇ ਡਸਟ ਜੰਮੀ ਹੋਈ ਆ, ਡਸਟ ਮੀਨਸ ਮਤਲਬ ਇਹਦੇ ਕਿਤੇ ਨਾ ਕਿਤੇ ਲੀਕੇਜ ਹੈ, ਲੀਕੇਜ ਹੈ ਤੇ ਮਤਲਬ ਆਹ ਤੁਹਾਡੀ ਜਿਹੜੀ ਮਿੱਟੀ ਔਰ ਡਸਟ ਤਦੀ ਜੰਮਦੀ ਆ। ਠੀਕ ਹੈ, ਜਾਂ ਤਾਂ ਡੀਜ਼ਲ ਦੀ ਲੀਕੇਜ ਹੈ ਜਾਂ ਕਿਤੇ ਡੀਜ਼ਲ ਦੀ ਨਹੀਂ ਹੋਏਗੀ, ਤੇ ਮੰਨ ਕੇ ਚੱਲੋ ਕਿ ਮੋਬਾਇਲ ਦੀ ਲੀਕੇਜ ਹੋਏਗੀ ਕਿਤੇ ਨਾ ਕਿਤੇ। ਠੀਕ ਹੈ, ਜੇ ਲੀਕੇਜ ਹੀ ਸ਼ਾਰਟ ਸਰਕਟ ਦਾ ਕਾਰਨ ਬਣਦੀ ਹੈ ਸਰ? ਠੀਕ ਹੈ, ਇਹ ਲੀਕੇਜ ਦੀ ਕਰਕੇ ਹੀ ਕਾਰਨ, ਅਸਲੀ ਕਾਰਨ ਇਹੀ ਬਣਦੇ ਆ, ਜਾਂ ਲੀਕੇਜ ਹੋ ਗਈ ਜਾਂ ਕਿਤੇ ਕਟਿੰਗ ਵਾਇਰ ਕਹਿ ਲਓ, ਜਾਂ ਆਪਾਂ ਹੁਣੇ ਚੈੱਕ ਕਰ ਦਿੰਦੇ ਜੀ। ਠੀਕ ਹੈ, ਸਾਡੇ ਕੋਲ ਵੈਸੇ ਸਰਵਿਸ ਵਾਸਤੇ ਆਈ ਹੈ। ਠੀਕ ਹੈ, ਪਰ ਉਹਨਾਂ ਨੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਸਰ, ਬੇਸਿਕ ਚੀਜ਼ਾਂ ਨੇ। ਹਾਂ, ਇਹ ਨੋਰਮਲ ਹੈ ਸਰ, ਇਹ ਤਾਂ ਇਹ ਮਾੜੀ ਮੋਟੀ ਕਸਟਮਰ ਹੀ ਬੜਾ ਮਾੜੀ ਮੋਟੀ ਕੇਅਰ ਕਰੇ ਤਾਂ ਅੱਗ ਲੱਗ ਨਹੀਂ ਸਕਦੀ ਕਦੀ ਵੀ। ਸਰ, ਅੱਜ ਕੱਲ੍ਹ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸਿਸ ਆ ਰਹੇ ਗਰਮੀ 'ਚ? ਆਹ ਦੇਖੋ, ਉੱਪਰੋਂ ਦੇਖੋ ਸਰ ਕਿੰਨੀ ਲੀਕੇਜ,
ਇਹ ਤਾਂ ਕਵਰ ਦੇ ਉੱਪਰੋਂ ਪਾਈ ਨਹੀਂ ਪਤਾ ਲੱਗ ਰਿਹਾ ਵੀ ਲੀਕ ਹੈ ਕਿ ਨਹੀਂ ਹੈ, ਲੀਕੇਜ ਹੈਗੀ ਹੈ, ਯਾਨੀ ਕਿ ਲੀਕੇਜ ਹੈ ਰਹੀ ਹੈ, ਇਹ ਵੀ ਦੇਖਣਾ ਜ਼ਰੂਰੀ ਹੈ। ਆ ਦੇਖੋ ਨਾ ਸਰ, ਇਹ ਸਾਰੀ ਲੀਕੇਜ ਹੈ, ਆ ਦੇਖੋ ਆਹ ਚੀਜ਼ਾਂ, ਆਹ ਲੀਕ ਹੈ, ਇਹ ਇਹ ਛੋਟੀ ਛੋਟੀਆਂ ਇਹ ਅਣਗਹਿਲੀਆਂ ਹੀ ਵੱਡਾ ਹਾਦਸਾ ਪੈਦਾ ਕਰ ਦਿੰਦੀਆਂ। ਠੀਕ ਹੈ, ਹਾਂ ਹੈ ਤਾਂ ਕੁਛ ਵੀ ਨਹੀਂ ਹੈ, ਇਹ ਚੈੱਕ ਕਰਾ ਲਏ ਵੀ ਲੀਕੇਜ ਕਿੱਥੋਂ ਆ, ਪਾਣੀ ਚੈੱਕ ਕਰਾ ਲਵੇ, ਜਿੱਦਾਂ ਤੇਲ ਕਿਤੇ ਗਿਰ ਰਿਹਾ, ਕਿਤੇ ਨਾ ਕਿਤੇ ਲੀਕੇਜ ਹੈ। ਦੇਖੋ ਤੇਲ ਮਾਡਲ ਦੀ ਗੱਡੀਆਂ ਹੁੰਦੀ, ਉਹਦੇ ਚ ਪ੍ਰੋਬਲਮ, ਹਾਂ ਉਹਦੇ ਚ ਆਉਂਦੀ ਹੈ ਪ੍ਰੋਬਲਮ ਬੇਸਿਕਲੀ, ਇਹਦੇ ਚ ਕੂਲੈਂਟ ਵਗੈਰਾ, ਪਾਣੀ ਵਗੈਰਾ ਜਿਹੜਾ ਉਹ ਵੀ ਜ਼ਰੂਰੀ ਹੈ, ਉਹ ਵੀ ਜ਼ਰੂਰੀ ਹੈ। ਵੈਸੇ ਪਾਣੀ ਹੈ ਉੱਥੇ, ਵੈਸੇ ਕੂਲੈਂਟ ਪਾ ਰੱਖਿਆ, ਕੂਲੈਂਟ ਵਾਲੇ ਬਿਲਕੁਲ ਓਕੇ ਹੈ ਜੀ। ਠੀਕ ਹੈ, ਹਾਂਜੀ। ਤੇ ਸਰ ਤੁਹਾਡੇ ਕੋਲ ਕਿਸ ਤਰ੍ਹਾਂ ਦੇ ਕੇਸਿਸ ਆ ਰਹੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਹੀਟ ਮਾਰਦੀ ਇੰਜਨ ਗੱਡੀ ਹੀਟ ਹੋ ਜਾਂਦੀ, ਗੱਡੀ ਰੁਕ ਜਾਂਦੀ ਹੈ? ਹਾਂਜੀ ਹਾਂਜੀ, ਰੀਜ਼ਨ ਇਹੀ ਹੁੰਦਾ ਜਾਂ ਹੋਰ ਵੀ ਰੀਜ਼ਨ? ਸਰ ਰੀਜ਼ਨ ਕਈ ਹੈ ਨਾ ਜੀ, ਜਿੱਦਾਂ ਦਾ ਪ੍ਰੋਪਰ ਅਗਰ ਟਾਈਮ ਟੂ ਟਾਈਮ ਸਰਵਿਸ, ਮਤਲਬ ਨਹੀਂ ਗੱਡੀ ਰੁਕ ਜਾਏ। ਠੀਕ ਹੈ, ਅੱਛੇ ਮਕੈਨਿਕ ਜੋ ਥੋੜੇ ਬਹੁਤੇ ਪੈਸੇ ਤਾਂ ਲੱਗਦੇ, ਉਹ ਸਰਵਿਸ ਕਰਾਉਂਗੇ ਤੇ ਕਿਤੇ ਵੀ ਜਾਓਗੇ ਤੇ ਪੈਸੇ ਲੱਗਣੇ, ਕੰਪਨੀ ਜਾਓ ਚਾਹੇ ਬਾਹਰ ਕਰਾਓ। ਠੀਕ ਹੈ, ਉਹ ਤਾਂ ਪੈਸੇ ਲੱਗਣਗੇ। ਗਰਮੀ ਦੇਖੋ, ਆ ਪਰਨਾ ਰੱਖ ਕੇ ਤੁਹਾਡੇ ਸਾਹਮਣੇ ਕੰਮ ਕਰਨ ਰਹੇ, ਆ ਗਿੱਲਾ ਕੀਤਾ ਪੂਰਾ, ਬਹੁਤ ਜ਼ਿਆਦਾ, ਇੰਨਾ ਟੈਂਪਰੇਚਰ ਹੈ ਕਿ ਗਿੱਲਾ ਕਰਨ ਤੋਂ ਬਾਅਦ ਵੀ ਸੁੱਕੇ, ਆਪਣੇ ਆਪ ਆਟੋਮੈਟਿਕ ਸੁੱਕ ਜਾਣਾ ਨੇ, ਬਹੁਤ ਜ਼ਿਆਦਾ। ਹਾਂ, ਏਸੀ ਧੁੱਪ 'ਚ ਕੰਮ ਕਰਦੇ, ਇਹਨੂੰ ਵਿਚਾਰੇ ਨੂੰ 95-97 ਡਿਗਰੀ ਤੋਂ ਬਾਅਦ ਫੈਨ ਆਉਣ ਹੋਣਾ ਵਿਚਾਰੇ ਦਾ। ਸ਼ਾਰਟ ਸਰਕਟ ਦਾ ਰੀਜ਼ਨ ਕੀ ਹੁੰਦਾ ਹੈ? ਇਹ ਵੀ ਤੁਸੀਂ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੀ ਐਕਸਟਰਾ ਐਸੈਸਰੀਜ਼ ਲਾਉਂਦੇ ਹੋ, ਇਹਦੇ ਦੱਸ ਦੇਣਾ ਜੀ। ਐਂਪ ਲਗਾ ਰੱਖਿਆ ਬੰਦੇ ਨੇ, ਇਹ ਹਲਕਾ ਦੇਖੋ, ਜਿਹੜੀ ਮੈਂ ਤੁਹਾਨੂੰ ਪਿਛਲੇ ਵੀਡੀਓ 'ਚ ਗੱਲ ਕੀਤੀ ਸੀ ਨਾ, ਜਿਹੜਾ ਲੂਜ਼ ਕਨੈਕਟ, ਆ ਦੇਖੋ ਲੂਜ਼ ਹੈ, ਆ ਦੇਖੋ ਬਿਲਕੁਲ, ਇਹ ਛੋਟੀ ਛੋਟੀ ਹਲਕੀ ਸਪਾਰਕਿੰਗ ਹੋਣੀ ਇੱਥੇ ਤੇ, ਆ ਦੇਖੋ ਸ਼ਾਰਟ ਹੁਣ ਕਾਰਨ, ਇਹ ਛੋਟੇ ਛੋਟੇ ਕਾਰਨ ਵਾਸਤੇ ਨਾਲ ਹੀ ਪੋਲੀਥੀਨ ਰੱਖਿਆ ਬੰਦੇ ਨੇ, ਆ ਇੱਥੇ ਐਂਪ ਦਾ ਸ਼ੂਜ ਪਾਜ ਕੋਈ ਲੱਗਿਆ, ਇਹ ਛੋਟੇ ਛੋਟੇ ਕਾਰਨ, ਜਿਹਦਾ ਹਲਕਾ ਸ਼ਾਰਟ ਸਰਕਟ ਹੋਇਆ, ਅੰਦਰ ਬੈਠੇ ਏਸੀ ਵਾਲੇ ਨੂੰ ਥੋੜੀ ਪਤਾ ਲੱਗਦਾ ਕਿਆ ਹੋਇਆ। ਇਹ ਬਹੁਤ ਛੋਟੀ ਛੋਟੀ ਚੀਜ਼ਾਂ ਸਰ, ਬਹੁਤ, ਹਾਂ ਜ਼ਰੂਰੀ ਹੈ ਸਰ। ਹਾਂਜੀ ਹਾਂਜੀ, ਕਿਉਂਕਿ ਅੱਜ ਕੱਲ੍ਹ ਜਿੱਦਾਂ ਸਾਨੇ ਵੀ ਦੱਸਿਆ ਕਿ ਬਹੁਤ ਜ਼ਰੂਰੀ ਹੈ ਕਿ ਕਿਸ ਤਰ੍ਹਾਂ ਧਿਆਨ ਰੱਖਣਾ ਅਸੀਂ ਹਰ ਕਿਸ ਗੱਡੀ ਦਾ, ਹੁਣ ਜਿਹੜਾ ਵੀ ਬੰਦਾ ਕੋਈ ਵੀ ਗੱਡੀ ਲੈ ਕੇ ਆ ਰਿਹਾ, ਜ਼ਿਆਦਾਤਰ ਪ੍ਰੋਬਲਮ ਇਹੀ ਹੈ ਜੀ ਕਿ ਹੀਟ ਹੀਟ ਆਉਣ ਦੇ, ਇਹੀ ਜ਼ਿਆਦਾ, ਹਾਂ ਇਹੀ ਆ ਰਹੀ ਜਾਂ ਮੈਕਸੀਮਮ ਜ਼ਿਆਦਾ ਇਹੀ ਆ ਰਹੀਆਂ। ਠੀਕ ਹੈ, ਹਾਂਜੀ, ਤਾਂ ਹੀਟ ਨੂੰ ਬਚਣ ਵਾਸਤੇ ਕਿਸ ਤਰ੍ਹਾਂ ਦੀ ਚੀਜ਼ਾਂ, ਸਰਵਿਸ ਟਾਈਮ ਟੂ ਟਾਈਮ, ਕੂਲੈਂਟ ਟਾਈਮ ਟੂ ਟਾਈਮ ਮੇਨਟੇਨ ਹੋਣਾ ਚਾਹੀਦਾ ਜੀ, ਹਰ 6 ਮਹੀਨੇ ਬਾਅਦ, 3 ਮਹੀਨੇ ਬਾਅਦ, ਗਰਮੀ 'ਚ ਤਾਂ ਵੈਸੇ ਹੀ ਕੂਲਰ ਦੀ ਲੋੜ ਹੈ ਸਰ, ਜ਼ਿਆਦਾ ਜ਼ਰੂਰੀ ਹੈ, ਕੂਲਰ ਦੀ ਲੋੜ ਹੈ, ਪੱਖਾ ਤੁਹਾਡਾ ਟਾਈਮ ਟੂ ਟਾਈਮ ਚੱਲਣਾ ਚਾਹੀਦਾ, ਜਦੋਂ ਤੁਸੀਂ ਗੱਡੀ ਡਰਾਈਵ ਕਰ ਰਹੇ ਹੋ ਖਾਸ ਕਰਕੇ ਟੈਂਪਰੇਚਰ ਦਾ ਧਿਆਨ ਜ਼ਰੂਰ ਰੱਖੋ, ਉਹ ਜ਼ਿਆਦਾ ਮੈਂਟਲੀ ਹੈ, ਯਾਨੀ ਕਿ ਟੈਂਪਰੇਚਰ ਦੇਖਣਾ ਜ਼ਰੂਰੀ ਹੈ, ਜੇ ਗੱਡੀ ਥੋੜੀ ਪੁਰਾਣੀ ਆ ਤਾਂ, ਨਵੀਂ ਤਾਂ ਚਲੋ ਖੈਰ ਵੈਸੇ ਵੀ ਨਹੀਂ ਹੈ, ਜੇ ਕਿਤੇ ਮਾੜੇ ਮੋਟੇ ਥੱਲੋਂ ਹਿੱਟ ਹੋ ਜਾਂਦੀ ਹੈ, ਜੇ ਕਿਤੇ ਲੱਗ ਜਾਂਦੀ ਹੈ, ਉਹਨੂੰ ਪਹਿਲਾਂ ਟੈਂਪਰੇਚਰ ਜ਼ਰੂਰ ਦੇਖੋ। ਠੀਕ ਹੈ, ਜੇ ਟੈਂਪਰੇਚਰ ਰਾਈਜ਼ ਹੋ ਰਿਹਾ ਤਾਂ ਫਿਰ ਕੀ ਕਰਨਾ ਚਾਹੀਦਾ? ਹਾਂਜੀ, ਫਿਰ ਕੋਈ ਨਾ ਕੋਈ ਕਾਰਨ ਹੈ, ਜਾਂ ਤਾਂ ਪਾਣੀ ਨਹੀਂ ਹੈ, ਜਾਂ ਪੱਖਾ ਨਹੀਂ ਚੱਲ ਰਿਹਾ, ਜਾਂ ਤੇਲ ਘੱਟ ਹੈ, ਜਾਂ ਕੂਲਰ ਦੀ ਕਿਤੇ ਲੀਕੇਜ ਹੈ, ਜਾਂ ਕੋਈ ਵਾਟਰ ਪੰਪ ਪ੍ਰੋਪਰ ਰੋਟੇਸ਼ਨ ਨਹੀਂ ਕਰ ਰਿਹਾ। ਠੀਕ ਹੈ, ਛੋਟੀ ਛੋਟੀ ਗੱਲਾਂ ਹੈ ਤਾਂ ਕੁਛ ਵੀ ਨਹੀਂ ਹੈ, ਨਾਲ ਹੀ ਸਡਨਲੀ ਮਕੈਨਿਕ ਨੂੰ ਚੈੱਕ ਕਰਾਓ, ਯਾਨੀ ਕਿ ਨਾਲ ਦੇ ਨਾਲ ਹੀ ਗੱਡੀ ਜ਼ਿਆਦਾ ਤੁਸੀਂ ਨਹੀਂ ਚਲਾਉਣੀ। ਹਾਂ, ਨਹੀਂ ਚਲਾਉਣੀ। ਅੱਛਾ, ਦੂਜਾ ਇਹ ਸਵਾਲ ਹੈ ਕਿ ਜੇਕਰ ਆਪਾਂ ਲੌਂਗ ਰੂਟ ਤੇ ਚੱਲ ਰਹੇ ਹਾਂ ਤਾਂ ਕਿੰਨੀ ਦੇਰ ਬਾਅਦ ਗੱਡੀ ਨੂੰ ਆਪਾਂ ਰੈਸਟ ਦੇਣੀ? ਮੰਨ ਕੇ ਚਲੋ, ਅਗਰ ਤੁਸੀਂ 200 ਕਿਲੋਮੀਟਰ ਜਾਣਾ, ਮੰਨ ਕੇ ਚਲੋ ਤੁਸੀਂ ਦਿੱਲੀ ਜਾਣਾ ਸਰ, ਅਗਰ ਦਿੱਲੀ ਜਾਣਾ ਤੇ ਘੱਟੋ ਘੱਟ 2 ਵਾਰ ਤਾਂ ਰੈਸਟ ਚਾਹੀਦੀ ਸਰ, 2 ਵਾਰ ਰੈਸਟ ਵਿੱਚ ਚਾਹੀਦੀ ਹੈ। ਹਾਂ, ਵਿੱਚ ਇਹ ਜਿਹੜੀ ਜਿਸ ਹਿਸਾਬ ਨਾਲ ਟੈਂਪਰੇਚਰ ਹੀਟ ਦੇ ਦਾ। ਅੱਛਾ, 2 ਵਾਰੀ ਜਿਹੜਾ ਤੁਸੀਂ 10-15 ਮਿੰਟ ਲਈ, ਹਾਂ ਮਤਲਬ 100 ਕਿਲੋਮੀਟਰ ਚੱਲੀ ਹੈ ਤਾਂ ਰਸਤੇ ਦੋ ਸਰ, ਨਾਲ ਚਾਹ ਪਾਣੀ ਪੀ ਲਓ, ਨਾਲ ਗੱਡੀ ਠੰਡੀ ਹੋ ਜਾਂਦੀ ਆ, ਉਹ 'ਚ ਇਹ ਦਿੱਕਤ ਨਹੀਂ ਆਏਗੀ, ਰਸਤੇ 'ਚ ਬੱਚਿਆਂ ਨੂੰ ਪਰੇਸ਼ਾਨੀ ਨਹੀਂ, ਕੋਈ ਵੀ ਜਾ ਰਿਹਾ ਫੈਮਿਲੀ ਜਾ ਰਹੀ ਹੈ। ਠੀਕ ਹੈ, ਹਾਂਜੀ, ਇਹ ਬਹੁਤ ਚੀਜ਼ਾਂ ਜ਼ਰੂਰੀ ਹੈ, ਛੋਟੀ ਛੋਟੀ ਚੀਜ਼ਾਂ, ਲੇਕਿਨ ਲੋਕਾਂ ਦੇ ਵਾਸਤੇ ਬਹੁਤ ਜ਼ਰੂਰੀ, ਕਿਉਂਕਿ ਟੈਂਪਰੇਚਰ ਜਿਸ ਤਰ੍ਹਾਂ ਵੱਧ ਰਿਹਾ, ਗਰਮੀ ਜਿਸ ਤਰ੍ਹਾਂ ਵੱਧ ਰਹੀ ਹੈ, ਉਹ ਜਿਸ ਤਰ੍ਹਾਂ ਤੁਸੀਂ ਲਗਾਤਾਰ ਏਸੀ ਲਾ ਕੇ ਬੈਠਦੇ ਹੋ, ਇਹ ਕੰਟੀਨਿਊ ਜੇਕਰ ਖੜੀ ਗੱਡੀ 'ਚ ਏਸੀ ਲਾ ਕੇ ਰੱਖਦੇ ਹੋ, ਉਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਸਰ? ਉਹ 'ਚ ਪ੍ਰੋਬਲਮ ਹੈ, ਕੰਪਰੈਸਰ ਤੇ ਲੋਡ ਪੈ ਰਿਹਾ, ਇੰਜਨ ਦਾ ਟੈਂਪਰੇਚਰ ਵੱਧ ਰਿਹਾ, ਤੇ ਜੇ ਤੁਸੀਂ ਕੰਟੀਨਿਊ ਚਲਾਉਂਦੇ ਜਾਓਗੇ ਉਹਦਾ ਨਾਲ ਕੋਈ ਫਰਕ ਨਹੀਂ ਪੈਣਾ। ਅੱਛਾ, ਯਾਨੀ ਖੜੀ ਗੱਡੀ ਕੰਡੈਂਸਰ ਨੂੰ ਹਵਾ ਨਹੀਂ ਲੱਗਦੀ ਨਾ ਸਰ? ਅੱਛਾ, ਬੇਸਿਕ ਆ ਏਸੀ 5-7 ਮਿੰਟ ਵਾਸਤੇ ਹੁੰਦਾ ਲਾਣਾ। ਠੀਕ ਹੈ, ਛੋਟੇ ਪੇਜ ਕਰਦੇ, ਜਾਲੀ ਦਿਖਾਵਾਂ ਬਾਬੀ ਨੂੰ, ਪੇਜ ਕਰਦੇ 2-in-1। ਅੱਛਾ, ਇਹ ਵੀ ਜ਼ਰੂਰੀ ਹੈ? ਬਹੁਤ ਜ਼ਰੂਰੀ ਹੈ, ਮੈਕਸੀਮਮ ਲੋਕ ਕੀ ਕਰਦੇ ਆ, ਮੈਂ ਨਹੀਂ ਕਹਿ ਰਿਹਾ ਕਿ ਜੋ ਵੀ ਖਾਂਦੇ ਪੀਂਦੇ ਵਿੱਚ ਬੈਠੇ ਰਹਿੰਦੇ, 2-4 ਘੰਟੇ ਵਿੱਚ ਬੈਠੇ ਰਹਿੰਦੇ ਆ, ਇਹ ਜਿੰਨੀ ਦੇਰ ਅਗਰ ਕੰਡੈਂਸਰ ਗਰਮ ਹੋ ਗਿਆ ਤਾਂ ਆਟੋਮੈਟਿਕ ਕੰਪਰੈਸਰ ਨੇ ਗਰਮ ਹੋ ਜਾਣਾ,
ਕੰਪਰੈਸਰ ਨੇ ਕੰਮ ਛੱਡ ਦੇਣਾ, ਕੰਪਰੈਸਰ ਨੇ ਕੰਮ ਛੱਡਿਆ ਨਾਲ ਹੀ ਤੁਹਾਡੀ ਗੱਡੀ ਕਮਰੇ 'ਚ ਚੱਕ ਜਾਏਗੀ। ਯਾਨੀ ਖੜੀ ਗੱਡੀ 'ਚ ਤੁਸੀਂ ਧਿਆਨ ਰੱਖਣਾ ਪੈਣਾ। ਬੇਸਿਕ ਜ਼ਿਆਦਾਤਰ ਅੱਜ ਦੀ ਜਨਰੇਸ਼ਨ ਜਿਹੜੀ ਆ ਮੈਕਸੀਮਮ ਏਸੀ ਲਾ ਕੇ ਬੈਠੀ ਰਹਿੰਦੀ ਆ। ਹਾਂ ਕਿਉਂਕਿ ਸਰ ਗਰਮੀ ਇੰਨੀ ਪੈ ਰਹੀ ਹੈ, ਜੇਕਰ ਗੱਡੀ 'ਚ ਪੈ ਜਾਈਏ। ਹਾਂ ਉਹ ਤਾਂ ਟੈਂਪਰੇਚਰ ਚੱਕੀ ਗਈ ਗੱਡੀ ਸਰ। ਅੱਛਾ, ਜੇ ਖਾਸ ਕਰਕੇ ਪੁਰਾਣੀ ਨਵੀਂ ਨੂੰ ਚਲੋ ਕੋਈ ਨਹੀਂ ਫਰਕ ਪੈਂਦਾ, ਨਵੀਂ ਆ ਨਵੀਂ ਗੱਡੀ ਨੂੰ ਕੋਈ ਫਰਕ ਨਹੀਂ। ਹਾਂ ਲੇਕਿਨ ਪੁਰਾਣੀ ਜਿਹੜੀ ਓਲਡ ਗੱਡੀ, ਓਲਡ ਹੈ ਜਿੱਦਾਂ ਕੰਡੈਂਸਰ 'ਤੇ ਅਗਰ ਮਿੱਟੀ ਡਸਟ ਪਈ ਆ ਉਸ ਤੋਂ ਬਾਅਦ ਤੁਸੀਂ ਗੱਡੀ ਖੜੀ ਕਰ ਲਈ ਹੋ ਤਾਂ ਟੈਂਪਰੇਚਰ ਚੱਕੇਗੀ ਸਰ। ਉਹ ਇਹ ਵੀ ਬਹੁਤ ਅਹਿਮ ਪੁਆਇੰਟ ਹੈ ਕਿਉਂਕਿ ਅੱਜ ਕੱਲ੍ਹ ਦੇਖਿਆ ਜਾ ਰਿਹਾ ਇਹ ਕੰਡੈਂਸਰ ਹੈ, ਇਹਦਾ ਕੰਮ ਕੀ ਹੈ? ਦੇਖੋ ਹੁਣ ਇਹਨੇ ਥੋੜ੍ਹਾ ਸਾਫ ਰੱਖਿਆ, ਨਹੀਂ ਤਾਂ ਮੈਕਸੀਮਮ ਲੋਕਾਂ ਦਾ ਮੈਕਸੀਮਮ ਬਲੌਕ ਹੀ ਹੁੰਦਾ ਹੈ ਉਹ, ਇਹ ਕੰਡੈਂਸਰ ਹੈ ਕਿ ਇਹਦੇ ਵਿੱਚ ਹੀ ਕ੍ਰੋਸ ਹੋ ਕੇ ਹੱਬ ਕੇ ਕੂਲਿੰਗ ਜਾਣੀ ਨਾ, ਠੰਡੀ ਹਵਾ। ਜੇ ਬਿਲਕੁਲ ਕਲੀਨ ਹੋਏਗਾ ਤਾਂ ਹੋਰ ਜ਼ਿਆਦਾ ਵਧੀਆ ਚੱਲੇਗੀ ਗੱਡੀ, ਟੈਂਪਰੇਚਰ ਮੇਨਟੇਨ ਰਹੇਗਾ, ਗੱਡੀ ਏਸੀ ਦਾ ਠੰਡਾ ਠੰਡਕ ਜ਼ਿਆਦਾ ਰਹੇਗੀ। ਇਹ ਬਹੁਤ ਜ਼ਰੂਰੀ ਹੈ, ਤਿੰਨ ਚਾਰ ਅਹਿਮ ਪੁਆਇੰਟ ਹੈ ਕਿਉਂਕਿ ਖੜੀ ਗੱਡੀ 'ਤੇ ਅੱਜ ਕੱਲ੍ਹ ਬੈਠਦੇ ਹਾਂ ਏਸੀ ਲਾ ਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਲੇਕਿਨ ਉਹ ਵੀ ਹਾਰਮਫੁਲ ਹੈ। ਪ੍ਰੈਸ਼ਰ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਜਿਹੜਾ ਟੈਂਪਰੇਚਰ ਹੈ ਉਹ ਰਾਈਜ਼ ਹੋਏਗਾ, ਤਦ ਕਿਤੇ ਨਾ ਕਿਤੇ ਇੰਜਨ 'ਤੇ ਕਾਫੀ ਲੋਡ ਪਏਗਾ, ਕੰਪਰੈਸ਼ਰ ਜਿਹੜਾ ਉਹ। ਇਸ ਕਰਕੇ ਬਹੁਤ ਛੋਟੀ ਛੋਟੀ ਚੀਜ਼ਾਂ ਉਹਦਾ ਧਿਆਨ ਰੱਖਣਾ ਹੈ ਕਿਉਂਕਿ ਲਗਾਤਾਰ ਅਸੀਂ ਦੇਖ ਰਹੇ, ਲਗਾਤਾਰ ਵੀਡੀਓ ਸਾਹਮਣੇ ਆ ਰਹੀ ਹੈ, ਗੱਡੀਆਂ 'ਚ ਅੱਗ ਲੱਗੀ, ਕਾਰਾਂ 'ਚ ਅੱਗ ਲੱਗੀ, ਕੋਈ ਸ਼ੋਰਟ ਸਰਕਟ ਜਿਹੜੀ ਹੈਗੀ, ਤੁਸੀਂ ਐਸੈਸਰੀ ਲਾਈ ਹੋਈ ਹੈ, ਐਕਸਟਰਾ ਐਸੈਸਰੀ, ਲਾਈਟਿੰਗ, ਬੂਫਰ ਜਿਹੜਾ ਇਹਨਾਂ ਨੇ ਦੱਸਿਆ, ਇਹ ਬਹੁਤ ਜ਼ਰੂਰੀ ਹੈ ਕਿ ਟਾਈਮ ਟੂ ਟਾਈਮ ਤੁਸੀਂ ਗੱਡੀਆਂ ਨੂੰ ਚੈੱਕ ਕਰਾਓ, ਮੇਨਟੇਨ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ, ਟੈਂਪਰੇਚਰ ਬਹੁਤ ਜ਼ਿਆਦਾ, ਜਿਸ ਕਰਕੇ ਕਈ ਹਾਦਸੇ ਸਾਹਮਣੇ ਆ ਰਹੇ, ਕਈ ਗੱਡੀਆਂ 'ਚ ਅੱਗ ਲੱਗ ਰਹੀ ਹੈ, ਕਈ ਗੱਡੀਆਂ 'ਚ ਸ਼ਾਰਟ ਸਰਕਟ ਹੋ ਰਿਹਾ, ਜਿਸ ਕਰਕੇ ਕਾਫੀ ਨੁਕਸਾਨ ਵੀ ਹੁੰਦਾ ਅਤੇ ਜਾਨੀ ਨੁਕਸਾਨ ਵੀ ਅਤੇ ਮਾਲੀ ਨੁਕਸਾਨ ਵੀ। ਮੋਹਾਲੀ ਤੋਂ ਕੈਮਰਾਮੈਨ ਅਮਨਦੀਪ ਸਿੰਘ ਨਾਲ ਮਨੋਜ ਰਾਠੀ, ਨਿਊਜ਼ 18।